ਤਾਂ ਕੁਲਬੀਰ ਜੀਰਾ ਇੱਥੇ ਮੌਜੂਦ ਨੇ, ਕੁਲਬੀਰ ਜੀਰਾ ਨਾਲ ਗੱਲ ਕਰ ਲੈਂਦੇ ਹਾਂ। ਬਾਕੀ ਜਿਹੜੇ ਹੋਰ ਵਿਧਾਇਕ ਨੇ ਜਾਂ ਜਿਹੜੇ ਉਮੀਦਵਾਰ ਨੇ, ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਨੰਬਰ ਕੁਲਬੀਰ ਜੀਰਾ ਦਾ, ਕਿਉਂਕਿ ਜਮਾਂ ਬਾਰੀ 'ਚ ਆਏ ਖੜੇ ਨੇ। ਕੁਲਬੀਰ ਜੀ, ਪਹਿਲਾਂ ਤਾਂ ਠੀਕ ਹੈ, ਤੁਸੀਂ ਨਤਮਸਤਕ ਹੋਣ ਜਾ ਰਹੇ ਹੋ, ਦੂਜੇ ਪਾਸੋਂ ਖਬਰ ਆਈ ਆ ਉਹਦੇ ਵਿਕਰਮ ਮਜੀਠੀਆ ਨੂੰ ਸੋਮਵਾਰ ਤੱਕ ਸੁਪਰੀਮ ਕੋਰਟ ਤੋਂ ਸਟੇਅ ਮਿਲ ਗਿਆ। ਗੱਲ ਇਹ ਆ ਕਿ ਤੁਸੀਂ ਬੱਸ ਦੀ ਗੱਲ ਕੀਤੀ ਕਿ ਕੁਲਬੀਰ ਜੀਰਾ ਬਾਰੀ 'ਚ ਖੜਾ। ਅੱਜ ਬੱਸਾਂ ਪੰਜਾਬ 'ਚ ਤਿੰਨ ਚੱਲ ਰਹੀਆਂ ਨੇ, ਉਹ ਤਿੰਨ ਬੱਸਾਂ ਕਿਹੜੀਆਂ ਕਿਹੜੀਆਂ ਨੇ? ਬੱਸ ਕਨੈਕਟਰ ਅਸੀਂ ਹਾਂ, ਮੈਂ ਕਾਂਗਰਸ ਪਾਰਟੀ ਵੱਲੋਂ ਜੀਰੇ ਹਲਕੇ ਤੋਂ ਕਨੈਕਟਰ ਹਾਂ, ਪਰ ਮੇਰੀ ਬੱਸ ਦਾ ਡਰਾਈਵਰ ਚੰਗਾ ਹੈ। ਦੂਜੀਆਂ ਬੱਸਾਂ ਦੇ ਕਨੈਕਟਰ ਵੀ ਮਾੜੇ ਨੇ ਤੇ ਡਰਾਈਵਰ ਵੀ ਮਾੜੇ ਨੇ। ਡਰਾਈਵਰ ਚਲੋ ਆਪਾਂ ਪਹਿਲਾਂ ਕਰੀ, ਡਰਾਈਵਰ ਫਾਈਨਲ ਹੋ ਗਿਆ। ਪਹਿਲੀ ਗੱਲ ਤਾਂ ਮੈਂ ਦੱਸਣੀ ਚਾਹੁੰਦਾ, ਜਿਹੜਾ ਆਮ ਆਦਮੀ ਪਾਰਟੀ ਵਾਲਾ ਜਾਂ ਅਕਾਲੀ ਦਲ ਦੀ ਜਿਹੜੀ ਬੱਸ ਆ, ਉਹਨੂੰ ਚੰਗੀ ਤਰ੍ਹਾਂ ਘੁੰਮ ਕੇ ਵੇਖੋ। ਜਿਹੜੀ ਅਕਾਲੀ ਦਲ ਦੀ ਬੱਸ, ਉਹਦੀਆਂ ਲਾਈਟਾਂ ਵੀ ਟੁੱਟੀਆਂ ਤੇ ਸ਼ੀਸ਼ੇ 'ਚ ਵੀ ਤਰੇੜ ਆਈ ਹੋਈ ਹੈ, ਕਿਉਂਕਿ ਉਹਦਾ ਡਰਾਈਵਰ ਆ ਸੁੱਖਾ ਅਮਲੀ। ਤੇ ਜਿਹੜੀ ਬੱਸ ਦਾ ਡਰਾਈਵਰ ਅਮਲੀ ਹੋਵੇ, ਉਸ ਬੱਸ ਦੇ ਵਿੱਚ ਸਵਾਰੀ ਸੇਫ ਨਹੀਂ ਹੁੰਦੀ। ਆਹ ਜਿਹੜੀ ਸਾਡੇ ਵਾਲੀ ਬੱਸ, ਇਹਦੇ 'ਚ ਸਾਹਮਣੇ ਇਹ ਲਿਖਿਆ ਕਿ ਸਵਾਰੀ ਦੀ ਤੇ ਸਮਾਨ ਦੀ ਜ਼ਿੰਮੇਵਾਰੀ ਸਾਡੀ ਆ। ਜਿਹੜੀ ਬਾਲਣਾ ਦੀ ਬੱਸ ਆ, ਉਹਦੇ 'ਚ ਲਿਖਿਆ ਕਿ ਸਵਾਰੀ ਦੀ ਤੇ ਸਮਾਨ ਦੀ ਜ਼ਿੰਮੇਵਾਰੀ ਉਹਦੀ ਆਪਦੀ ਆ, ਕਿਉਂਕਿ ਉਹਨਾਂ ਦੀ ਬੱਸ ਦੇ ਵਿੱਚ ਜਿਹੜਾ ਜੀਰੇ ਤੋਂ ਜਿਹੜਾ ਕਨੈਕਟਰ ਆ, ਉਹ ਜਨਮੇਜਾ ਸਿੰਘ ਸੇਖਵਾਂ ਜਿਹੜਾ ਇੱਕਰਾ ਉੱਤਰ ਜਿਹਦੇ ਮੁੜ ਕੇ ਚੜਿਆ ਨਹੀਂ ਜਾਂਦਾ, ਔਰ ਉਹਨਾਂ ਦੀ ਬੱਸ ਦੇ ਵਿੱਚ ਚਿੱਟਾ ਮਿਲਦਾ, ਉਹਨਾਂ ਦੀ ਬੱਸ ਦੇ ਵਿੱਚ ਗੋਲੀਆਂ ਮਿਲਦੀਆਂ, ਔਰ ਉਹਨਾਂ ਦੀ ਬੱਸ ਦੇ ਵਿੱਚ ਧੀ ਭੈਣ ਸਫ਼ਰ ਨਹੀਂ ਕਰ ਸਕਦੀ, ਕਿਉਂਕਿ ਬਲਾਤਕਾਰੀ ਗੈਂਗਸਟਰ ਉਹਨਾਂ ਦੀ ਬੱਸ ਦੇ ਵਿੱਚ। ਔਰ ਦੂਜੀ ਜਿਹੜੀ ਬੱਸ ਆ, ਜਿਹੜੀ ਕੇਜਰੀਵਾਲ ਨੇ ਭੇਜੀ ਆ, ਉਹ ਬੱਸ ਤਾਂ ਕੇਜਰੀਵਾਲ ਦੀ ਹੈ, ਡਰਾਈਵਰ ਜਿਹੜਾ ਟੈਂਪਰੇਰੀ ਰੱਖਿਆ ਭਗਵੰਤ ਮਾਨ। ਇਹ ਜਦੋਂ ਵੀ ਬੱਸ ਦੇ ਸਟੇਅਰਿੰਗ 'ਤੇ ਪੈਂਦਾ, ਪਹਿਲਾਂ ਠੇਕੇ 'ਤੇ ਜਾਂਦਾ, ਪਊਆ ਲੈਂਦਾ, ਉਹ ਪੀਂਦਾ, ਔਰ ਜਿਹੜਾ ਸਾਡੇ ਜਿਹੜਾ ਇਹਨਾਂ ਨੇ ਕਨੈਕਟਰ ਲਾਇਆ ਨਰੇਸ਼ ਕਟਾਰੀਆ, ਉਹ ਸਿਰ ਖੁਰਕਦਾ ਹੈ, ਕਦੀ ਐਂ ਖੁਰਕਦਾ ਹੈ, ਕਿਉਂਕਿ ਸਮਾਨ ਜ਼ਿਆਦਾ ਖਾਧਾ ਹੁੰਦਾ। ਔਰ ਇਹਨਾਂ ਦੀ ਬੱਸ ਦੇ ਵਿੱਚ ਸਿਰਫ ਇੱਕ ਝੂਠਾਂ ਦਾ ਪਲੰਦਾ। ਔਰ ਸਾਡੀ ਬੱਸ ਦਾ ਡਰਾਈਵਰ ਚਰਨਜੀਤ ਸਿੰਘ ਚੰਨੀ ਆ, ਕਨੈਕਟਰ ਮੈਂ ਹਾਂ, ਔਰ ਪਹਿਲਾਂ ਇਹ ਸੋਚਿਆ ਕਿ ਔਰਤ ਜੇ 5 ਸਾਲ ਬੱਸ ਚਲਾਉਣ ਦਾ ਮੌਕਾ ਮਿਲਦਾ ਤਾਂ ਡਰਾਈਵਰ, ਮਤਲਬ ਤੁਸੀਂ ਹੁਣ ਆਪ ਕਹਿ ਰਹੇ ਹੋ ਚਰਨਜੀਤ ਸਿੰਘ ਚੰਨੀ ਆ, ਫਾਈਨਲ ਹੋ ਗਿਆ ਇਹ? ਬਾਈ, ਮੇਰੇ ਲਈ ਤਾਂ ਫਾਈਨਲ ਹੀ ਹੈ, ਮੈਨੂੰ ਤਾਂ ਚਰਨਜੀਤ ਸਿੰਘ ਚੰਨੀ ਹੀ ਚਾਹੀਦਾ, ਹੋਰ ਦੱਸੋ, ਹੋਰ ਕੁਛ ਕਹਾਉਣਾ? ਤਾਂ ਹੁਣ ਦੂਜੇ ਬੱਸ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਹੋ ਜਿਨ੍ਹਾਂ ਤੇ, ਤਾਂ ਵਿਕਰਮ ਮਜੀਠੀਆ ਤੇ ਇਲਜ਼ਾਮ ਲਾਇਆ ਗਿਆ, ਉਹ ਕਹਿੰਦੇ ਨੇ ਕਿ ਸਾਡੇ ਤੇ ਝੂਠਾ ਪਰਚਾ ਹੋ ਗਿਆ, ਸੁਪਰੀਮ ਕੋਰਟ ਤੋਂ ਕਹਿੰਦੇ ਰਾਹਤ ਮਿਲ ਗਈ, ਉਸ ਗੱਲ ਤੇ ਆਓ। ਮੈਨੂੰ ਬਾਕੀ ਦਾ ਪਤਾ ਨਹੀਂ, ਪਰ ਵਿਕਰਮਜੀਤ ਮਜੀਠੀਆ ਤੂੰ ਕਹਿੰਦਾ ਇਹ ਜੀਰੇ ਵਾਲਾ ਐਡਾ ਕੁ ਆ, ਐਡਾ ਕੁ ਤਾਂ ਅੱਜ ਵੀ ਪੰਜਾਬ 'ਚ ਫਿਰਦਾ, 6.5 ਫੁੱਟ ਵਾਲਾ ਕਿੱਧਰ ਚਲਾ ਗਿਆ? ਜੇ ਐਡਾ ਹੀ ਸੱਚਾ ਸੁੱਚਾ ਹੈ ਤੇ ਉਦਣ ਪੇਸ਼ ਹੋ ਜਾਂਦਾ ਪੁਲਿਸ ਦੇ ਸਾਹਮਣੇ, ਸੱਚਾ ਬੰਦਾ ਤੇ ਪੁਲਿਸ ਦੇ ਸਾਹਮਣੇ ਪੇਸ਼ ਹੁੰਦਾ, ਭੱਜਦਾ ਥੋੜ੍ਹੀ ਹੈ, ਜਿਹੜਾ ਚੋਰ ਹੋਵੇ ਉਹ ਹੀ ਭੱਜਦਾ। ਬਾਕੀ ਕੋਰਟ ਜੋ ਫੈਸਲਾ ਕਰੂਗੀ ਉਹ ਬਿਲਕੁਲ ਅਸਲੀਅਤ ਕਰੂਗੀ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਲਾਨ ਹੋ ਗਿਆ ਜੀ ਕਿ ਸਿੱਧੀ ਟੱਕਰ ਹੋਏਗੀ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀ। ਗੱਲ ਇਹ ਹੈ ਕਿ ਜਿੱਤਣਾ ਤਾਂ ਸਿੱਧੂ ਨੇ, ਕਦੀ ਅਮਲੀ ਵੀ ਜਿੱਤੇ ਨੇ, ਕਦੀ ਚਿੱਟਾ ਵੇਚਣ ਵਾਲੇ ਵੀ ਜਿੱਤੇ ਨੇ, ਜਿਹਨੇ ਉਹ ਮਾਵਾਂ ਦੇ ਪੁੱਤਰ ਰੋਲ ਤੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਮੇਰੇ ਭਰਾ ਦਾ ਕੋਈ ਵੀ ਇਹਦੇ 'ਚ ਲੈਣਾ ਦੇਣਾ ਹੋਵੇ ਤਾਂ ਉਹਦਾ ਕੱਖ ਨਾ ਰਵੇ। ਗੱਲ ਇਹ ਆ ਕਿ ਉਹ ਸਤਿਕਾਰਯੋਗ ਨੇ ਸਾਡੇ, ਮੈਂ ਉਹਨਾਂ ਬਾਰੇ ਕੁਛ ਕਹਿਣਾ ਨਹੀਂ ਚਾਹੁੰਦਾ। ਮੈਂ ਕਹਿੰਦਾ ਤੂੰ ਉਹਦੀ ਤਾਂ ਛੱਡ, ਆਪਦੇ ਘਰ ਵਾਲੇ ਦਾ ਡੋਪ ਟੈਸਟ ਕਰਾ ਲਾ, ਉਸੇ ਤੋਂ ਹੀ ਪਤਾ ਲੱਗ ਜੂਗਾ।